हेलो गाइस, हाउ आर यू? माय नेम इज गगनदीप सिंह एंड वेलकम इन द पंजाबी ट्यूटर। सो वीडियो ਦੇ ਵਿੱਚ ਗੱਲ ਕਰਾਂਗੇ ਕੁਝ ਇੱਕ ਰੀਡਿੰਗ ਦੇ ਬਾਰੇ ਸਿੱਖਾਂਗੇ ਨਵਾਂ ਤੇ ਕੁਝ ਇੱਕ ਰਾਈਟਿੰਗ ਦੇ ਪੁਆਇੰਟ ਆਫ ਵਿਊ ਤੋਂ ਤੇ ਉਹ ਚੀਜ਼ ਕਿਤਨਾ ਕਿਤੇ ਤੁਹਾਡੀ ਸਪੀਕਿੰਗ ਦੇ ਵਿੱਚ ਓਵਰਆਲ ਮਿਲਾ ਕੇ ਦੇਖੀ ਤਾਂ ਸਾਰੀ ਆਇਲਸ ਵਿੱਚੋਂ ਹੀ ਬੈਂਡ ਸਕੋਰ ਲੈਣ ਦੇ ਕੰਮ ਆਉਂਦੀ ਹੈ। ਡੀਅਰ ਇੱਕ ਗੱਲ ਜਿਹੜੀ ਓਨੈਸਟ ਨਾਲ ਮੈਂ ਹਮੇਸ਼ਾ ਮੇਰੇ ਕਮ ਸੇ ਕਮ ਚੈਨਲ ਬਣਾਏ ਨੂੰ 1.5 ਤੋਂ 2 ਸਾਲ ਹੋ ਚੱਲਿਆ, ਇੱਕ ਗੱਲ ਮੈਂ ਹਮੇਸ਼ਾ ਫਸਟ ਡੇ ਤੋਂ ਕਹਿੰਦਾ ਆ ਰਿਹਾ ਤੇ ਜਿਹੜੇ ਬੱਚੇ ਉਹ ਗੱਲ ਦੇ ਉੱਪਰ ਜਾਨੀ ਕਿ ਮੰਨ ਲੈਣ ਉਹ ਗੱਲ ਨੂੰ, ਉਹ ਬੱਚਿਆਂ ਦੇ 100% ਗਾਰੰਟੀ ਹੈ ਕਿ ਉਹ ਬੈਂਡ ਸਕੋਰ ਲੈ ਕੇ ਆਉਂਦੇ ਆ 100%, 99% ਵੀ ਨਹੀਂ। ਉਹ ਗੱਲ ਕਿਹੜੀ ਹੈ ਕਿ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ, ਜੇ ਤੁਹਾਨੂੰ ਲੈਂਗੁਏਜ ਅੰਡਰਸਟੈਂਡ ਨਹੀਂ ਹੋ ਰਹੀ, ਜੇ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਰੀਡਿੰਗ ਦੇ ਵਿੱਚ ਲੋਕੇਸ਼ਨ ਤੇ ਪਹੁੰਚਣ ਤੋਂ ਬਾਅਦ ਚੋ ਸੈਂਟੈਂਸ ਦਾ ਮੀਨਿੰਗ ਕੀ ਆ, ਜੇ ਤੁਹਾਨੂੰ ਉਹ ਹੀ ਨਹੀਂ ਸਮਝ ਆ ਰਿਹਾ, ਦੁਨੀਆ ਦਾ ਕੋਈ ਵੀ ਇੰਸਟੀਟਿਊਟ, ਦੁਨੀਆ ਦਾ ਕੋਈ ਵੀ ਟ੍ਰੇਨਰ ਤੁਹਾਨੂੰ ਕੋਈ ਇਦਾਂ ਦੀ ਸਟ੍ਰੈਟਜੀ ਨਹੀਂ ਦੱਸ ਸਕਦਾਗਾ ਕਿ ਤੁਹਾਡਾ ਸਹੀ ਹੋ ਜਾਵੇ, ਜੇ ਤੁਹਾਨੂੰ ਉਹ ਸਮਝ ਹੀ ਨਹੀਂ ਆ ਰਿਹਾ ਕਿ ਉਹ ਕਹਿਣਾ ਕੀ ਚਾਹੁੰਦਾ। ਸੋ ਫਸਟਲੀ ਇਹ ਚੀਜ਼ ਸਾਰਿਆਂ ਨੇ ਸੀਰੀਅਸਲੀ ਆਪਣੇ ਮਾਇੰਡ ਦੇ ਵਿੱਚ ਰੱਖ ਲੈਣੀ ਆ। ਸਟ੍ਰੈਟਜੀਸ ਹੋ ਗਈਆਂ, ਟ੍ਰੇਨਰ ਹੋ ਗਏ, ਇੰਸਟੀਟਿਊਟ ਹੋ ਗਏ, ਸਾਰੀਆਂ ਚੀਜ਼ਾਂ ਸੈਕਿੰਡ ਨੰਬਰ 'ਤੇ ਕੰਮ ਕਰਦੀਆਂ, ਫਸਟ ਨੰਬਰ 'ਤੇ ਪਹਿਲਾਂ ਅੰਡਰਸਟੈਂਡਿੰਗ ਹੋਣੀ ਰੀਡਿੰਗ ਦੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸੈਂਟੈਂਸ ਦਾ ਪਤਾ ਲੱਗਣਾ ਚਾਹੀਦਾ ਕਿ ਯਾਨੀ ਕਿ ਐਕਚੁਅਲੀ ਕਹਿਣਾ ਕੀ ਚਾਹੁੰਦੇ ਆ, ਕਿਉਂਕਿ ਤੁਸੀਂ ਕਦੇ ਟ੍ਰੇਨਰ 'ਤੇ ਨਿਗਾਹ ਰੱਖ ਕੇ ਦੇਖ ਲਿਓ, ਟ੍ਰੇਨਰ ਜੋ ਕਿ ਟੀਚ ਕਰਵਾ ਰਿਹਾ ਜਿਵੇਂ ਕਿ ਮੈਂ ਹਾਂ ਟ੍ਰੇਨਰ, ਤਾਂ ਮੈਨੂੰ ਲੈਂਗੁਏਜ ਸਮਝ ਆ ਰਹੀ ਹੈ, ਨੈਚੁਰਲ ਜੀ ਗੱਲ ਆ। ਜੇ ਲੈਂਗੁਏਜ ਸਮਝ ਨਾ ਆਵੇ ਤਾਂ ਨੈਚੁਰਲ ਜੀ ਗੱਲ ਹੈ ਇੱਕ ਟ੍ਰੇਨਰ ਨੂੰ ਵੀ ਕੁਝ ਨਹੀਂ ਪਤਾ ਲੱਗਣਾ ਕਿ ਕੀ ਹੋਈ ਜਾਂਦਾ। ਸੋ ਇੱਕ ਰਿਐਲਿਟੀ ਹੈ, ਇੱਕ ਹਾਰਸ਼ ਰਿਐਲਿਟੀ ਹੈ ਜਿਹੜੀ ਤੁਹਾਨੂੰ ਡਾਇਰੈਕਟਲੀ ਕਿਸੇ ਤੋਂ ਸੁਣਨ ਨੂੰ ਨਹੀਂ ਮਿਲਣੀ, ਬਟ ਮੈਂ ਤੁਹਾਨੂੰ ਇਹ ਚੀਜ਼ ਵਾਰ ਵਾਰ ਪਿਛਲੇ 1.5 ਤੋਂ 2 ਸਾਲ ਤੋਂ ਕਹਿ ਰਿਹਾ ਹਾਂ। ਸੋ ਇਹ ਚੀਜ਼ 'ਤੇ ਵਰਕ ਕਰੋ, ਸੀਰੀਅਸ ਹੋ ਕੇ ਵਰਕ ਕਰੋ ਜੇ ਬੈਂਡ ਸਕੋਰ ਲੈ ਕੇ ਆਉਣਾ ਚਾਹੁੰਦੇ ਹੋ ਵਾਕਈ। ਸੋ ਅੱਜ ਆਪਾਂ ਨਿੱਕੀ ਜਿਹੀ ਇੱਕ ਚੀਜ਼ ਨੂੰ ਕੀ ਕਰਨਾ, ਥੋੜ੍ਹਾ ਜਿਹਾ ਟ੍ਰਾਂਸਲੇਟ ਕਰਨਾ, ਨਾਲ ਆਪਾਂ ਰਾਈਟਿੰਗ ਦੀ ਚੀਜ਼ ਦੇਖਣੀ ਮਾੜੀ ਜੀ। ਕਹਿੰਦੇ ਕੋਵਿਡ ਪੈਂਡੈਮਿਕ ਜੋ ਸੀਗੀ ਲਿੰਕਡ ਟੂ, ਇਹ ਜੁੜੀ ਹੋਈ ਹੈ ਕਿਹਦੇ ਨਾਲ? ਸਰਜ। ਸਰਜ ਦਾ ਮਤਲਬ ਹੁੰਦਾ ਇਨਕਰੀਜ਼ ਹੋਣਾ ਜੀ। ਕਹਿੰਦੇ ਕੋਵਿਡ ਪੈਂਡੈਮਿਕ ਜੁੜੀ ਹੋਈ ਆ ਸਰਜ, ਯਾਨੀ ਕਿ ਇਨਕਰੀਜ਼ ਹੋਣ ਦੇ ਵਿੱਚ। ਕਿਹੜੀ ਚੀਜ਼ ਨੂੰ ਇਨਕਰੀਜ਼ ਕਰ ਰਹੀ ਹੈ? ਕਹਿੰਦੇ ਇਨ ਚਾਇਲਡ ਐਂਡ ਟੀਨ ਡਾਇਬਟੀਜ਼, ਯਾਨੀ ਕਿ ਕੋਵਿਡ ਦਾ ਕਹਿੰਦੇ ਲਿੰਕ ਆ, ਕਹਿੰਦੇ ਡਾਇਬਟੀਜ਼ ਦੇ ਸਰਜ ਹੋਣ ਨਾਲ, ਯਾਨੀ ਕਿ ਉਹਨੂੰ ਵਧਾਉਣ ਦੇ ਨਾਲ। ਜੇ ਆਪਾਂ ਧਿਆਨ ਨਾਲ ਦੇਈਏ, ਧਿਆਨ ਨਾਲ ਦੇਖਿਓ ਜੀ ਕੀ ਕਹਿੰਦੇ, ਦੇਅਰ ਹੈਜ਼ ਬੀਨ ਐਨ ਅਨਯੂਜ਼ੁਅਲ ਰਾਈਜ਼। ਕਹਿੰਦੇ ਜੀ ਅਨਯੂਜ਼ੁਅਲ ਰਾਈਜ਼ ਹੋ ਚੁੱਕਾ ਵਾ ਜੀ। ਕਹਿੰਦੇ ਕਾਹਦੇ ਵਿੱਚ? ਇਹਦਾ ਨੰਬਰ ਆਫ ਚਿਲਡਰਨ, ਬੱਚਿਆਂ ਦੇ ਨੰਬਰ ਦੇ ਵਿੱਚ, ਬੱਚਿਆਂ ਦੀ ਗਿਣਤੀ ਦੇ ਵਿੱਚ। ਯਾਨੀ ਕਿ ਅਨਯੂਜ਼ੁਅਲ ਦਾ ਮਤਲਬ ਹੁੰਦਾ ਕਿ ਜੋ ਚੀਜ਼ ਵੈਸੀ ਦੇਖੀ ਨਹੀਂ ਜਾ ਸਕਦੀ ਸੀ, ਨੋਟ ਕਾਮਨ ਨੂੰ ਕਹਿ ਦਿੰਦੇ, ਵੀ ਇਹ ਚੀਜ਼ ਕਾਮਨ ਨਹੀਂ ਸੀ ਪਹਿਲਾਂ। ਕਹਿੰਦੇ ਜੀ ਅਨਯੂਜ਼ੁਅਲ ਰਾਈਜ਼ ਦੇਖਿਆ ਜਾ ਚੁੱਕਿਆ ਵਾ ਬੱਚਿਆਂ ਦੇ ਵਿੱਚ ਅਤੇ ਟੀਨੇਜਰ ਦੇ ਵਿੱਚ ਵਰਲਡ ਦੇ ਵਿੱਚ ਜੀ। ਡਾਇਗਨੋਸਡ ਵਿਦ ਟਾਈਪ ਏ ਡਾਇਬਟੀਜ਼, ਜਿਹੜੇ ਕਹਿੰਦੇ ਟਾਈਪ ਏ ਡਾਇਬਟੀਜ਼ ਨਾਲ ਡਾਇਗਨੋਸਡ ਹੋਇਆ ਸਿੰਸ ਕੋਵਿਡ, ਕੋਵਿਡ ਤੋਂ। ਕਹਿੰਦੇ ਨਿਊ ਸਟੱਡੀਜ਼ ਜਾਮਾ ਨੈਟਵਰਕ ਓਪਨ, ਕਹਿੰਦੇ ਜਿਹੜੀ ਆ ਸਟੱਡੀ ਇਹਦੇ ਵਿੱਚ ਹੋਈ ਹੈ ਜੀ, ਕਹਿੰਦੇ ਜਨਰਲ, ਇਹ ਕੋਈ ਨਾ ਕੋਈ ਜਨਰਲ ਹੈ ਜੀ। ਹੈਜ਼ ਕੁਲੇਟਡ, ਕੁਲੇਟਡ ਦਾ ਮਤਲਬ ਹੁੰਦਾ ਯਾਨੀ ਕਿ ਕਲੈਕਟ ਕਰਨਾ, ਗੈਦਰ ਕਰਨਾ, ਇਕੱਠਾ ਕਰਨਾ। ਕਹਿੰਦੇ ਜਿਹੜੇ ਯਾਨੀ ਕਿ ਜਾਮਾ ਨੈਟਵਰਕ ਦੇ ਵਿੱਚ ਜੋ ਨਿਊ ਸਟੱਡੀ ਹੋਈ ਆ, ਕਹਿੰਦੇ ਉਹ ਕਹਿੰਦੇ ਇਕੱਠਾ ਕਰ ਚੁੱਕੀ ਹੈ। ਕੀ ਇਕੱਠਾ ਕਰ ਚੁੱਕੀ ਹੈ? ਕਹਿੰਦੇ ਅਵੇਲੇਬਲ ਡਾਟਾ ਇਕੱਠਾ ਕਰ ਚੁੱਕੀ ਹੈ। ਸੋ ਕੁਲੇਟਡ ਵਰਡ ਬਹੁਤ ਵਧੀਆ ਜੀ। ਕਹਿੰਦੇ ਉਹ ਯਾਨੀ ਕਿ ਅਵੇਲੇਬਲ ਡਾਟਾ ਇਕੱਠਾ ਕਰ ਚੁੱਕੀ ਆ ਫਰੋਮ ਡਿਫਰੈਂਟ ਕੰਟਰੀਜ਼। ਅਤੇ ਜਦੋਂ ਵੀ ਤੁਸੀਂ ਚੱਲਦੇ ਹੋਏ ਸੈਂਟੈਂਸ ਦੇ ਵਿੱਚ ਇਨਕਲੂਡਿੰਗ ਲਾਉਣਾ ਹੋਵੇ ਤਾਂ ਉਦੋਂ ਤੁਹਾਨੂੰ ਇਨਕਲੂਡਿੰਗ ਦੇ ਮੂਹਰੇ ਕੌਮਾ ਲਾਉਣਾ ਪੈਂਦਾ ਹੁੰਦਾ, ਕਿਉਂਕਿ ਦੇਖੋ ਇੱਥੇ ਲਾਇਆ ਵਾ। ਅਤੇ ਜਦੋਂ ਉਹ ਵਾਲੀ ਫਰੇਜ਼ ਖਤਮ ਹੋ ਜਾਵੇ ਤਾਂ ਬਾਅਦ 'ਚੋਂ ਫਿਰ ਕੌਮਾ ਲਾਉਣਾ ਪੈਂਦਾ ਹੁੰਦਾ। ਹੁਣ ਇਹਨਾਂ ਨੂੰ ਇਨਕਲੂਡਿੰਗ ਕਿਉਂ ਲਿਖਣਾ ਪਿਆ? ਅਤੇ ਤੁਸੀਂ ਇਹ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਟਾਸਕ 2 ਦੇ ਵਿੱਚ ਵੀ ਜੀ। ਕਹਿੰਦੇ ਜੀ ਜੋ ਜਾਮਾ ਨੈਟਵਰਕ ਓਪਨ ਜਨਰਲ ਹੈ, ਕਹਿੰਦੇ ਉਹਨੇ ਡਾਟਾ ਇਕੱਠਾ ਕੀਤਾ ਵਾ ਡਿਫਰੈਂਟ ਕੰਟਰੀਜ਼ ਤੋਂ, ਜਿਹਦੇ ਵਿੱਚ ਸ਼ਾਮਿਲ ਕੀ ਹੈ? ਕਹਿੰਦੇ UK। ਤਾਂ ਧਿਆਨ ਨਾਲ ਦੇਖਿਓ, ਜਿਹੜੀ ਚੀਜ਼ ਜਿਵੇਂ ਇੱਥੇ ਕੰਟਰੀਜ਼ ਨੂੰ ਹੀ ਇਹਨਾਂ ਨੇ ਸ਼ਾਮਿਲ ਕਰਨਾ ਸੀਗਾ, ਇਹਦੇ ਫਿਰ ਕੰਟਰੀ ਦੇ ਨਾਲ ਹੀ ਇਨਕਲੂਡਿੰਗ ਤੁਹਾਨੂੰ ਲਿਖਣਾ ਪਊਗਾ। ਜਿਵੇਂ ਤੁਸੀਂ ਇੱਥੇ ਕਹਿ ਦੇਵੋ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਤੋਂ ਬਾਅਦ 'ਚੋਂ ਨਾਲ ਹੀ ਕੌਮਾ ਪਾ ਕੇ ਇਨਕਲੂਡਿੰਗ ਕਹਿ ਕੇ ਵਟਸਐਪ ਐਂਡ ਫੇਸਬੁੱਕ ਕਹਿ ਦੇਵੋ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਖਾਸ ਕਰਕੇ। ਟਾਸਕ 2 ਦੀ ਸਟਰਕਚਰ ਆ ਬਹੁਤ ਵਧੀਆ ਸਟਰਕਚਰ ਹੈ ਜੀ। ਕਹਿੰਦੇ UK ਇਨਕਲੂਡਿੰਗ ਇਹਦੇ ਵਿੱਚ ਆਉਣ ਮੋਰ ਦੈਨ 38,000 ਯੰਗ ਪੀਪਲ ਆ ਜਿਹੜੇ ਡਾਇਗਨੋਸ ਹੋਏ ਆ ਜੀ, ਕਹਿੰਦੇ ਪੈਂਡੈਮਿਕ ਦੇ ਦੌਰਾਨ, ਡਿਊਰਿੰਗ ਲਿਖਿਆ ਪਿਆ। ਨਾਲ ਨਾਲ ਕਾਫੀ ਚੀਜ਼ਾਂ ਸਿੱਖਾਂਗੇ ਨਿੱਕੀਆਂ ਨਿੱਕੀਆਂ। ਡਿਊਰਿੰਗ ਅਤੇ ਵਾਇਲ ਦੋਨਾਂ ਦਾ ਮਤਲਬ ਹੁੰਦਾ ਦੌਰਾਨ, ਕੋਈ ਪ੍ਰੋਸੈਸ ਨੂੰ ਚੱਲਦੇ ਨੂੰ ਰੀਪ੍ਰਜੈਂਟ ਕਰਦੇ ਆ। ਬਟ ਫਰਕ ਇਹਨਾਂ ਵਿੱਚ ਇਹ ਆ, ਡਿਊਰਿੰਗ ਤੋਂ ਬਾਅਦ 'ਚੋਂ ਇੱਕ ਨਾਊਨ ਫਿੱਟ ਹੁੰਦਾ ਜੀ, ਅਤੇ ਵਾਇਲ ਤੋਂ ਬਾਅਦ 'ਚੋਂ ਫਸਟ ਫੋਰਮ ਨਾਲ ਆਈ ਐਨ ਜੀ।
जे तुसी कहना होवे ट्रैवलिंग दे दौरान तो तुसी कहोगे वाइल ट्रैवलिंग, क्योंकि देखो ट्रैवल एक फर्स्ट फॉर्म सी ना लाई एन जी लाता ट्रैवलिंग। तो जे ड्यूरिंग मान के लो मैं कहता वे कहने की ड्यूरिंग वकेशंस छुट्टियां दे दौरान, तो देखो वकेशंस एक नाउन सीगा करके तो पहले मैं ड्यूरिंग लाना पे जी। हुण इत्थे भी पेंडेमिक एक नाउन आता करके तो पहले ड्यूरिंग लाना पे तो वाइल नहीं लग सकता सी। द ऑथर डिस्क्राइब द इनक्रीज इन केसिस ऑफ डायबिटिक एज सबसटेंशियल। बहुत वधिया वर्ड आ टास्क वन दा जी आ वाला। तुसी टास्क वन दे विच कह सकते हो, मैं तुहानू हुणी एक 7+ BAM स्कोर दी क्वालिफिकेशन बना के दिखाउणा। तुसी कह सकते हो सबसटेंशियल, कह सकते हो कि इनक्रीज सबसटेंशियल इनक्रीज वॉज सीन इन द नंबर ऑफ, जो भी गां कहना चाहते हो नंबर ऑफ स्टूडेंट्स हु टुक पार्ट इन स्पोर्ट्स। तो देखो सबसटेंशियल इनक्रीज किन्नी वधिया क्वालिफिकेशन। सबसटेंशियल मीनस कंसीडरेबल, काफ़ी ज़्यादा नोटिसेबल। तो ये चीज़ नोट कर लियो जी। मोर वर्क इज नीडड टू अंडरस्टैंड, ज़्यादा वर्क समझने की जरूरत है। कहिंदे वाई द राइस इज हैपनिंग, क्यों ये वाधा हो रहा डायबिटीज़ दे विच, क्यों ये वाधा हो रहा। दे से कहिंदे उन्होंने कहा जी सम ऑफ द राइज कुड बी एट्रीब्यूटड टू दैन। हुण अगेन ये एक कॉमन वर्ड है, रीडिंग दे विच भी देखा जाता, तो स्पीकिंग दे विच भी यूज़ कर सकते हो जी। देखो इतने जिहड़ा यानी कि एट्रीब्यूटड की कोई वैसे पंजाबी नहीं गी सीधी, पर मैं तुहानूं दा मीनिंग दस दिंदा मतलब की हुंदा। सम ऑफ द राइज कहिंदे कुछ राइज जिहड़ा हैगा वा जी कुड बी एट्रीब्यूटड टू, यानी कि एट्रीब्यूट तो बाद चो आपां उह चीज़ लिखते हुंदे आ जिन्हों जिम्मेवार ठहराया गया हो। फॉर एग्जाम्पल तुम कह दव कि मेरी सक्सैस जी हैगी है जी वो एट्रीब्यूटड आ मेरे पेरेंट्स नू, मतलब कि मेरे पेरेंट्स रिस्पोंसीबल आ उनके लिए। यानी कि एट्रीब्यूट उत्थे यूज़ किया जाता हों जिथे किसी चीज़ का रिस्पोंसीबल किसी नू ठहराना होवे। हुण जिहड़ा समराइज होया वा ये समराइज का रिस्पोंसीबल इन्होंने किनू ठहराया वा, कैचअप फ्रॉम बैकलॉग एंड डिले। आ देखो इनका जिहड़ा रिस्पोंसीबल ठहराया वा जी, राइज जिहड़ा होया उनका रिस्पोंसीबल किनू ठहराया वा, बैकलॉग्स नू ते डिलेज नू। वैन हैल्थ सर्विस वर शट, जदों हैल्थ सर्विस बंद हो गई सीगियां जी, कहिंदे ये चीज़ कहिंदे यानी कि ये चीज़ लई की है जिम्मेवार आ जी कहिंदे। बट डजंट एक्सप्लेन ऑल द न्यूली डायग्नोस्ड केसिस, बट न्यूली डायग्नोज केसिस नू कहिंदे की नहीं करती गी, कहिंदे उन्हूं एक्सप्लेन नहीं करती जी। तो एट्रीब्यूटर का मतलब किसी नू जिम्मेवार ठहराना जी। हाँ जी अगे जाके देख रहे जी आप की कहते हैं इन ओके। कहते बिफोर द पेंडेमिक, पेंडेमिक तो पहला जी द इंसीडेंट रेट ऑफ चाइल्डहुड टाइप ए डायबिटीज़ वॉज ऑलरेडी इनक्रीज। कहते जी पेंडेमिक तो पहला जो इंसीडेंट रेट सेगा जी चाइल्डहुड टाइप ए डायबिटीज़ तो पहले ही कहते वध्या होया सेगा बाय अबाउट 3% अ ईयर। कहते 3% दे नाल सेगा जी 1 ईयर दे विच। हुण गां वाली जिहड़ी वर्डिंग आउण लगी आ ये हुण हैगी अपने टास्क वन दे रिलेटड जी। तो की कहिंदे देयर वाज ए 14% राइज। देखो बनिया तनिया जिहड़ी अपने कोल फ्रैगमेंट हैगा है टास्क वन दे विच लाया जा सकदा। तुसीं टास्क वन दी लैंग्वेज इदां लिख सकदे हो देयर वाज, कोई भी कह सकदे हो 10% राइज, 10% राइज सीगा जी कादे विच सीगा। तुसीं इन तो बाद चो आ चीज़ ना इन्हां दी फॉलो करो, तुसीं टास्क वन दे विच देखो टास्क वन कादे रिलेटड है जी। तुसीं कुछ भी कह सकते हो देयर वाज ए 10% राइज इन द सेल ऑफ बुक्स, देयर वाज ए 10% राइज इन द नंबर ऑफ स्टूडेंट्स, कुछ भी इतने आ सकता जी इतने। तो तुसीं देखो ये वाले सोर्स तो तुसीं बनिया तनिया चीज़ों नूं पिक कर सकते हो जी। तो कहिंदे देयर वाज ए 14% राइज इन द रेट ड्यूरिंग द फस्ट ईयर, गां फस्ट ईयर भी ला सकते ड्यूरिंग द फस्ट ईयर ऑफ पेंडेमिक कंपेयर्ड टू बिफोर कोविड। नैक्सट की कहते इन द सैकेंड ईयर ऑफ कोविड, क्योंकि देखो इन तो स्टार्ट हुई है इतने कौमा लाना पैना सगा। टास्क वन दे भी जे तुसी लिख देवो कि इन 2007 तो तुहानूं कौमा ला के बाद दे विच अगला सेंटेंस शुरू करना पैना जी। सो कहिंदे सैकेंड ईयर जिहड़ा कोविड दा सीगा द रेट वाज अप, रेट जिहड़ा सीगा यानी कि अप सीगा अबाउट 27%, 27% तो तां सीगा जी। हाँ जी ऑन प्री पेंडेमिक लैवल, कहिंदे प्री पेंडेमिक लैवल ते जी। तो देखो हुण जे आपां इहदे विच ध्यान नाल देखिए तो आपां कुछ क वर्ड इदां दे देखे
ਜਿਹੜੇ ਰੀਡਿੰਗ ਦੇ ਵਿੱਚ ਜੋ ਸਪੀਕਿੰਗ ਦੇ ਵਿੱਚ ਯੂਜ਼ ਹੋ ਸਕਦੇ ਆ। ਅਤੇ ਹੁਣ ਜਿਹੜੀ ਚੀਜ਼ ਮੈਂ ਤੁਹਾਨੂੰ ਲਾਸਟ ਨੰਬਰ 'ਤੇ ਕਰਾਉਣ ਲੱਗਾ, ਬਹੁਤ ਜ਼ਿਆਦਾ ਸਕੋਰਿੰਗ ਚੀਜ਼ ਆ ਅਤੇ 99% ਬੱਚਿਆਂ ਨੂੰ ਉਹਦਾ ਮੀਨਿੰਗ ਨਹੀਂ ਪਤਾ ਹੁੰਦਾ ਜੀ, ਰਿਗਾਰਡਲੈਸ ਵਰਡ ਜੀ। ਕਹਿੰਦੇ ਰੀਸਰਚਰਸ ਫਰੋਮ ਦਾ ਯੂਨੀਵਰਸਿਟੀ ਆਫ ਟੋਰਾਂਟੋ, ਕਹਿੰਦੇ ਜਿਹੜੇ ਰੀਸਰਚਰਸ ਆ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਸੇ, ਉਹ ਕਹਿੰਦੇ ਆ ਜੀ, ਕਹਿੰਦੇ ਰਿਗਾਰਡਲੈਸ ਆਫ ਦਾ ਕੋਜ਼, ਰਿਗਾਰਡਲੈਸ ਦੀ ਪੰਜਾਬੀ ਆਪਣੇ ਮਾਇੰਡ ਦੇ ਵਿੱਚ ਫਿੱਟ ਕਰ ਲਓ ਐਨ ਪੂਰੀ ਚੰਗੀ ਤਰ੍ਹਾਂ। ਰਿਗਾਰਡਲੈਸ ਦਾ ਮਤਲਬ ਹੁੰਦਾ ਪਰਵਾਹ ਕੀਤੇ ਬਿਨਾਂ, ਕਿਹਦੀ ਪਰਵਾਹ ਕੀਤੇ ਬਿਨਾਂ, ਨਾਲ ਹੀ ਉਹ ਵਰਡ ਲਿਖਿਆ ਪਿਆ ਹੁੰਦਾ ਵਾ, ਜਿਵੇਂ ਇੱਥੇ ਕੋਜ਼ ਲਿਖਿਆ, ਤਾਂ ਇਹਦੀ ਪੰਜਾਬੀ ਕੀ ਨਿਕਲੂ, ਕਹਿੰਦੇ ਕਾਰਨ ਦੀ ਪਰਵਾਹ ਕੀਤੇ ਬਿਨਾਂ, ਯਾਨੀ ਕਿ ਰੀਜ਼ਨ ਦੀ ਪਰਵਾਹ ਕੀਤੇ ਬਿਨਾਂ, ਯਾਨੀ ਕਿ ਰੀਜ਼ਨ ਦੀ ਪਰਵਾਹ ਨਹੀਂ ਕਰਨੀ। ਕਹਿੰਦੇ ਦੇਖੋ ਰਿਗਾਰਡਲੈਸ ਆਫ ਤੋਂ ਬਾਅਦ ਤੋਂ ਬਹੁਤ ਕੁਝ ਫਿੱਟ ਕੀਤਾ ਜਾ ਸਕਦਾ ਜੀ। ਰਿਗਾਰਡਲੈਸ ਆਫ ਦਾ ਕੁਆਲੀਫਿਕੇਸ਼ਨ ਦੀ ਪਰਵਾਹ ਕੀਤੇ ਬਿਨਾਂ, ਰਿਗਾਰਡਲੈਸ ਆਫ ਦੀ ਏਜ਼, ਯਾਨੀ ਕਿ ਏਜ਼ ਦੀ ਪਰਵਾਹ ਕੀਤੇ ਬਿਨਾਂ, ਯਾਨੀ ਕਿ ਰਿਗਾਰਡਲੈਸ ਆਫ ਦਾ ਪ੍ਰਾਈਜ਼ ਦੀ ਪਰਵਾਹ ਕੀਤੇ ਬਿਨਾਂ, ਤੁਸੀਂ ਕਹਿ ਸਕਦੇ ਹੋ ਕਿ ਮੈਂ ਜੀ ਚੀਜ਼ਾਂ ਖਰੀਦਦਾ ਵਾਂ ਪ੍ਰਾਈਜ਼ ਦੀ ਪਰਵਾਹ ਕੀਤੇ ਬਿਨਾਂ, ਸੋ ਆਈ ਬਾਏ ਥਿੰਗਸ ਰਿਗਾਰਡਲੈਸ ਆਫ ਦਾ ਪ੍ਰਾਈਜ਼। ਤਾਂ ਦੇਖੋ ਕਿੰਨੀ ਵਧੀਆ ਲੈਂਗੁਏਜ ਤੁਸੀਂ ਸਪੀਕਿੰਗ ਦੇ ਵਿੱਚ ਬੋਲ ਸਕਦੇ ਹੋ, ਰਾਈਟਿੰਗ 'ਚ ਲਿਖ ਸਕਦੇ ਹੋ ਜੀ, ਬਹੁਤ ਵਧੀਆ ਤੋਂ ਵਧੀਆ ਸੋਰਸ ਆ ਇਹ ਵਾਲੀ ਚੀਜ਼। ਕਹਿੰਦੇ ਰਿਗਾਰਡਲੈਸ ਆਫ ਦਾ ਕੋਜ਼ ਦੀ ਪਰਵਾਹ ਕੀਤੇ ਬਿਨਾਂ ਮੋਰ ਰੀਸੋਰਸਿਸ ਐਂਡ ਸਪਲਾਈ ਮੇ ਬੀ ਨੀਡਡ, ਜ਼ਿਆਦਾ ਰੀਸੋਰਸ ਅਤੇ ਸਪਲਾਈ ਦੀ ਜ਼ਰੂਰਤ ਪੈ ਸਕਦੀ ਹੈ ਜੀ। ਕਹਿੰਦੇ ਫੋਰ ਦਾ ਗਰੋਇੰਗ ਨੰਬਰ ਆਫ ਚਿਲਡਰਨ, ਕਹਿੰਦੇ ਐਂਡ ਅਡੋਲਸੈਂਟਸ, ਹਾਂਜੀ ਫੈਕਟਰ ਟਾਈਪ ਏ ਡਾਇਬਟੀਜ਼, ਜਿਹੜੇ ਬੱਚੇ ਅਤੇ ਅਡੋਲਸੈਂਟਸ ਜੋ ਕਹਿੰਦੇ ਫੈਕਟਡ ਹੋਏ ਆ ਟਾਈਪ ਏ ਡਾਇਬਟੀਜ਼ ਤੋਂ, ਉਹਨਾਂ ਦੇ ਲਈ ਕਾਫੀ ਜ਼ਿਆਦਾ ਸਪੋਰਟ ਦੀ ਰੀਸੋਰਸ ਦੀ ਜ਼ਰੂਰਤ ਪੈ ਸਕਦੀ ਹੈ ਜੀ, ਕਹਿੰਦੇ ਕਾਰਨ ਦੀ ਪਰਵਾਹ ਕੀਤੇ ਬਿਨਾਂ। ਤਾਂ ਦੇਖੋ ਇੱਥੇ ਆਪਾਂ ਸਟੋਪ ਕਰਦੇ ਹਾਂ, ਅਤੇ ਹੁਣ ਮੇਨਲੀ ਤੁਸੀਂ ਇਹਦੇ ਵਿੱਚ ਕਮੈਂਟ ਕਰਕੇ ਫੀਡਬੈਕ ਦੇਣੀ, ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਅਤੇ ਆਪਣੇ ਫਰੈਂਡਸ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ। ਅਤੇ ਜਿੰਨਾ ਚੱਕਰ ਤੁਸੀਂ ਅਜੇ ਇਗਜ਼ਾਮ ਨਹੀਂ ਦਿੰਦੇ ਚੈਨਲ ਸਬਸਕ੍ਰਾਈਬ ਕਰ ਲਓ, ਤੁਹਾਨੂੰ ਬਹੁਤ ਚੀਜ਼ਾਂ ਚੈਨਲ ਤੋਂ ਸਿੱਖਣ ਨੂੰ ਮਿਲਦੀਆਂ ਜੋ ਤੁਹਾਡੀ ਫਾਈਨਲ ਡੇ ਤੱਕ ਹੈਲਪ ਕਰਨਗੇ ਜੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਟਿਲ ਦੈਨ ਟੇਕ ਕੇਅਰ, ਬਾਏ।